ਚੰਡੀਗੜ੍ਹ ਮੇਅਰ ਚੋਣ ਦੀ ਸਿਆਸੀ ਜੰਗ ਹਾਈ ਕੋਰਟ ਦੇ ਵਿੱਚ ਪਹੁੰਚੀ ਹੈ ਸ਼ੁੱਕਰਵਾਰ ਨੂੰ ਇੱਕ ਹੋਰ ਪਟੀਸ਼ਨ ਦਾਖਲ ਹੋਈ ਹੈ ਆਮ ਆਦਮੀ ਪਾਰਟੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਏ ਨੇ ਚੰਡੀਗੜ੍ਹ ਦੇ ਡੀਸੀ ਵੱਲੋਂ 6 ਫਰਵਰੀ ਨੂੰ ਚੋਣ ਕਰਵਾਉਣ ਦੇ ਹੁਕਮ ਨੂੰ ਇਹਨਾਂ ਨੇ ਚੁਣੌਤੀ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਕੱਲ ਤੜਕੇ ਹਾਈ ਕੋਰਟ ਦੇ ਵਿੱਚ ਹੋਵੇਗੀ ਯਾਨੀ ਕਿ 20 ਜਨਵਰੀ ਸ਼ਨੀਚਰਵਾਰ ਨੂੰ ਹੋਵੇਗੀ ਲੰਗੇ ਦਿਨ ਚੋਣ ਅਧਿਕਾਰੀ ਦੇ ਬਿਮਾਰ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਮੇਅਰ ਦੀ ਚੋਣ ਟਾਲ ਦਿੱਤੀ ਗਈ ਸੀ ਜਿਸ ਖਿਲਾਫ ਆਮ ਆਦਮੀ ਦੀ ਪਾਰਟੀ ਹਾਈ ਕੋਰਟ ਪਹੁੰਚੀ ਸੀ ਪਰ ਚੰਡੀਗੜ੍ਹ ਦੇ ਡੀਸੀ ਨੇ ਕਾਨੂੰਨੀ ਹਾਲਾਤਾਂ ਦਾ ਹਵਾਲਾ ਦੇ ਕੇ ਚੋਣ 6 ਫਰਵਰੀ ਨੂੰ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਤੇ ਹਾਈ ਕੋਰਟ ਨੇ ਵੀ ਨਾਰਾਜ਼ਗੀ ਪ੍ਰਗਟਾਈ ਸੀ ਪਰ ਸੁਣਵਾਈ ਹੁਣ 23 ਜਨਵਰੀ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅਦਾਲਤ ਦੇ ਇਸ ਫੈਸਲੇ ਦੇ ਨਾਲ ਅਸਿੱਧੇ ਤੌਰ ਤੇ ਬੀਜੇਪੀ ਦੀ ਵੱਡੀ ਚਿਤ ਹੋਈ ਹੈ ਨਗਰ ਨਿਗਮ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਤੋਂ 20 ਕੌਂਸਲਰ ਨੇ ਜਦਕਿ ਬੀਜੇਪੀ ਦੇ ਕੋਲ ਕੁੱਲ ਮਿਲਾ ਕੇ 15 ਮੈਂਬਰ ਨੇ ਉਹਦਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਅੱਜ ਸੰਜਨ ਤੋ ਅੱਤੇ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਤੇ ਗੰਭੀਰ ਇਲਜ਼ਾਮ ਲਾਏ ਕਿ ਕਿਸ ਤਰ੍ਹਾਂ ਅਧਿਕਾਰੀਆਂ ਦੇ ਨਾਲ ਮਿਲ ਕੇ ਸਾਜ਼ਿਸ਼ ਰਚੀ ਗਈ ਸੀ ਕਹਿੰਦੇ ਇਸ ਵਾਰੀ ਇਹ ਇੰਡੀਆ ਗੱਠਜੋੜ ਦੀ ਪਹਿਲੀ ਚੋਣ ਹੋਣੀ ਸੀ ਇੰਡੀਆ ਗੱਠਜੋੜ ਨਹੀਂ ਇਹ ਚੋਣ ਜਿੱਤ ਨਹੀਂ ਸੀ ਪਰ ਬੀਜੇਪੀ ਗੈਰ ਕਾਨੂੰਨੀ ਹਤਕੰਡੇ ਅਪਣਾ ਕੇ ਚੋਣ ਨੂੰ ਰੱਦ ਕਰਨਾ ਚਾਹੁੰਦੀ ਸੀ ਬੀਜੇਪੀ ਹੌਰਸ ਟ੍ਰੇਡਿੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਤੋਂ ਕਹਿੰਦੇ ਨਿਗਮ ਬਣਿਆ ਉਦੋਂ ਤੋਂ ਅਜਿਹਾ ਅੱਜ ਤੱਕ ਨਹੀਂ ਹੋਇਆ ਚੋਣ ਅਧਿਕਾਰੀ ਨੂੰ ਸਾਜ਼ਿਸ਼ ਤਹਿਤ ਮੌਕੇ ਤੇ ਬਿਮਾਰ ਕਰ ਦਿੱਤਾ ਗਿਆ ਇਹਨਾਂ ਦੋਸ਼ ਲਾਏ ਕਿ ਚੰਡੀਗੜ੍ਹ ਦਾ ਸਾਰਾ ਪ੍ਰਸ਼ਾਸਨ ਬੀ करना पड़ेगा और हाई कोर्ट का रुख जब हमने किया क्योंकि हमारे पास नंबर थे तेरह आम आदमी पार्टी के पास और सात नंबर कांग्रेस के पास थे तो टोटल बीस बनता है जबकि अठारह चाहिए और भारतीय जनता पार्टी का चौदह नंबर थे प्लस वन एक एमपी का तो पंद्रह बनता है उनको लगता अब तो चुनाव जीतना मुश्किल है तो अठारह तारीख को जो रिटर्निंग ऑफिसर इनको लगाया था कहते वो भी बीमार हो गए और इलेक्शन को पोस्टपोन कर दिया अगर एक रिटर्निंग ऑफिसर के बीमार होने से इलेक्शन को पोस्टपोन कर दिया गया तो मैं समझता हूं ਕਿ ਡੈਮੋਕ੍ਰੇਸੀ ਦੇ ਅੰਦਰ ਸਭ ਤੋਂ ਵੱਡਾ ਖਤਰਾ ਅਗਰ ਕੋਈ ਹੈ ਤਾਂ ਉਹ ਏਹੀ ਹੈ ਚੰਡੀਗੜ੍ਹ ਨਿਗਮ ਚੋਣਾ ਨੂੰ ਲੈ ਕੇ ਅਕਾਲੀ ਲੀਡਰ ਬਿਕਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਓਐਸਡੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਏਕੇ ਪਾਂਡੇ ਦਾ ਇੱਕ ਵੀਡੀਓ ਸਾਂਝਾ ਕਰਕੇ ਇਹਨਾਂ ਤੇ ਪੰਜਾਬ ਪੁਲਿਸ ਦੀ ਦੁਰਵਰਤੋਂ ਦਾ ਇਲਜ਼ਾਮ ਲਾਇਆ ਹੈ ਤੇ ਇਹਨਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਸ਼ਹੀਦ ਸੇਵਾ ਸਿੰਘ ਠਿਕਰੀਵਾਲਾ ਦੇ ਸ਼ਹੀਦੀ ਸਮਾਗਮਾਂ ਦੇ ਵਿੱਚ ਪਿੰਡ ਠਿਕਰੀਵਾਲਾ ਪਹੁੰਚਣ ਦਾ ਸਮਾਗਮ ਸੀ ਪਰ ਸ਼ਾਇਦ ਸੀਐਮ ਮਾਨ ਨੂੰ ਪਾਰਟੀ ਦੇ ਕ ਵੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੋਆ ਤੋਂ ਔਣ ਨਹੀਂ ਦਿੱਤਾ ਏਡੀ ਦੇ ਸਹਮਣਾ ਵਾਲੇ ਦਿਨ 18 ਜਨਵਰੀ ਨੂੰ ਹੀ ਅਰਵਿੰਦ ਕੇਜਰੀਵਾਲ ਸੀਐਮ ਭਗਵੰਤ ਮਾਨ ਤੇ ਹੋਰਾਂ ਨਾਲ ਗੋਆ ਪਹੁੰਚ ਗਏ ਸਨ ਤਿੰਨ ਦਿਨਾਂ ਦੌਰੇ ਦੇ ਦੂਸਰੇ ਦਿਨ ਅੱਜ ਦੋਵੇਂ ਮੁੱਖ ਮੰਤਰੀਆਂ ਨੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਸੀਐਮ ਮਾਨ ਨੇ ਦਾਵਾ ਕੀਤਾ ਕਿ ਗੋਆ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤੇ ਨੇ ਨਾਲ ਹੀ ਉਹਨਾਂ ਨੇ ਪੰਜਾਬ ਅਤੇ ਦਿੱਲੀ ਦੇ ਵਿੱਚ ਆਪਣੀਆਂ ਸਰਕਾਰਾਂ ਵੱਲੋਂ ਕੀਤੇ ਜਾਂਦੇ ਕੰਮ ਵੀ ਗਣਵਾਏ ਕੇਂਦਰ ਸਰਕਾਰ ਦੇ ਵਰਦਿਆ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਨੂੰ 15 ਲੱਖ ਦੇਣ ਦਾ ਵਾਅਦਾ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ ਪਰ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਵਾਂਗੂ ਨੌਕਰੀਆਂ ਦੇ ਵਾਅਦੇ ਕਰਕੇ ਮੁੱਕਰਦੀ ਨਹੀਂ ਹੈ ਪੰਜਾਬ ਸਰਕਾਰ ਨੇ 40000 ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਨੇ ਕੇਂਦਰ ਸਰਕਾਰ ਸਿਰਫ ਈਡੀ ਰਾਹੀਂ ਉਹਨਾਂ ਨੂੰ ਡਰਾ ਰਹੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਦੀ ਰਾਜਨੀਤੀ ਕਰਦੀ ਹੈ ਧਰਮ ਜਾਤੀ ਅਤੇ ਨਫ਼ਰਤ ਹੀ ਨਹੀਂ ਕਰਦੀ 2027 ਮੈਂ ਅਗਰ ਆਪ ਲੋਕੋ ਨੇ ਜ਼ਿੰਮੇਵਾਰੀ ਦਿੱਤੀ ਤਾਂ ਫੁੱਲ ਗਵਰਨਮੈਂਟ ਬਣਾएंगे ਗੋਆ ਕੇ ਅੰਦਰ और अभी जो लोकसभा चुनाव आ रहे हैं इसमें हमारा इंडिया अलायंस बना है नेशनल लेवल के अंदर इन विच वी आर इन अलायंस विद कांग्रेस एंड मेनी अदर पार्टीज तो गोवा इज आल्सो ऑन द टेबल वी आर डिस्कसिंग गोवा आल्सो जो भी डिस्कशन होगा जो भी फाइनली डिसाइड होगा उसके हिसाब से आप इंडिया अलायंस को जिताइएगा हमने गारंटी दी अभी तो क्या गारंटी लफज हमारा चोरी कर लिया चोरी कर लिया गया है बड़े शानदार तरीके से और हमें भी कोई दुख नहीं है हम तो और बना लेंगे उनको ऐसे बने बने चीजें मिलती रहती जुमले हैं उनके तो और <coughs> अब जब जब भाजपा के लिए बजने लगी खतरे की घंटियां तब तो मोदी को याद आई केजरीवाल की गारंटी <laughs> ਸ਼ਹੀਦ ਸੇਵਾ ਸਿੰਘ ਠਿਕਰੀਵਾਲਾ ਦੇਸ਼ੀ ਦਿਹਾੜੇ ਨੂੰ ਸਮਰਪਿਤ ਅੱਜ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਰਕਾਰੀ ਛੁੱਟੀ ਕੀਤੀ ਗਈ ਸੀ ਸੀਐਮ ਮਾਨਤਾ ਭਾਵੇਂ ਨਹੀਂ ਪਹੁੰਚੇ ਪਰ ਪੰਜਾਬ ਸਰਕਾਰ ਵੱਲੋਂ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਗੁਰਮੀਤ ਸਿੰਘ ਮੀਥੇਰ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਜ਼ਰੂਰ ਪਹੁੰਚੇ ਇਸ ਮੌਕੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਵੀ ਹਾਜ਼ਰ ਸੀ ਕੱਲੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਂਗਰਸ ਪ੍ਰਧਾਨ ਅਵਿੰਦਰ ਸਿੰਘ ਰਾਜਾ ਵੜਿੰਗਾ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਹੋਰ ਲੀਡਰਾਂ ਦੇ ਐ ਐਮਐਲ ਲਿਬ੍ਰੇਸ਼ਨ ਅਤੇ ਫ੍ਰੀडम फाइਟਰ ਉਤਰਾਧਕਾਰੀ ਜੱਥੇਬੰਦੀ ਨੇ ਮਹਾਨ ਆਜ਼ਾਦੀ ਕੁਲਾਟੀਏ ਤੇ ਰਿਆਸਤੀ ਪਰਜਾ ਮੰਡਲ ਦੇ ਲੀਡਰ ਸ਼ਹੀਦ ਸੇਵਾ ਸਿੰਘ ਠੇਕਰੀਵਾਲਾ ਦੀ ਵਰਸੀ ਮੌਕੇ ਉਹਨਾਂ ਦੇ ਬੁੱਤ ਦੀ ਸਫਾਈ ਕੀਤੀ ਬੁੱਤ ਉੱਤੇ ਫੁੱਲਾਂ ਦੀ ਹਾਰ ਪਾ ਕੇ ਸਤਿਕਾਰ ਭੇਟ ਕੀਤਾ ਸੇਵਾ ਕਰਨ ਵਾਲੇ ਆਗੂ ਜਸਵੀਰ ਕੌਰ ਨੱਤ ਅਤੇ ਹੋਰਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਦੇ ਬੁੱਤ ਦੇ ਆਲੇ ਦੁਆਲੇ ਲਾਏ ਜਾਂਦੇ ਬੈਨਰਾਂ ਤੇ ਸਖਤੀ ਨਾਲ ਰੋਕ ਲਾਈ ਜਾਵੇ ਸਫਾਈ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਬੁੱਤ ਦੁਆਲੇ ਲੱਗੇ ਫੁਹਾਰੇ ਚਾਲੂ ਕਰਵਾਏ ਜਾਣ ਮਾਨਸਾਂ ਦੇ ਵਿੱਚ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਦਾ ਬੁੱਤ ਹੈ ਜਿਹੜਾ ਉਹ ਬੱਸ ਸਟੈਂਡ ਚੌਂਕ ਦੇ ਵਿੱਚ ਲੱਗਿਆ ਹੋਇਆ ਹੈ